ਦੋਸਤੋ ਸਿਆਣੇ ਕਹਿੰਦੇ ਨੇ ਸਮਝਾਣਾ ਇੱਕ ਕਲਾ ਪਰ ਚੀਜ਼ ਨੂੰ ਗੱਲ ਨੂੰ ਸਮਝਣਾ ਉਸ ਤੋਂ ਵੀ ਵੱਡੀ ਕਲਾ ਹੈ ਦੋਸਤੋ ਅੱਜ ਕੱਲ ਬਹੁਤ ਸਾਰੇ ਭੈਣ ਭਰਾਏ ਸਵਾਲ ਪੁੱਛ ਰਹੇ ਨੇ ਕਿ ਅਸੀਂ ਸਟੂਡੈਂਟ ਵੀਜ਼ੇ ਤੇ ਆ ਅਗਲਾ ਵੀਜ਼ਾ ਸੀ ਕਿਹੜਾ ਪਾਈਏ ਕੀ ਅਸੀਂ ਟੀਆਰ ਪਾਈਏ ਕਿ ਅਸੀਂ ਦੁਬਾਰਾ ਸਟੂਡੈਂਟ ਵੀਜ਼ਾ ਪਾਈਏ ਦੋਸਤੋ ਉਹਨਾਂ ਨੂੰ ਕੀ ਲੱਗਦਾ ਹੈ ਕਿ ਇੱਕ ਵਾਰ ਜੇ ਅਸੀਂ ਟੀਆਰ ਪਾਲੀ ਤੇ ਦੁਬਾਰਾ ਜ਼ਿੰਦਗੀ ਵਿੱਚ ਅਸੀਂ ਟੀਆਰ ਨਹੀਂ ਪਾ ਸਕਦੇ ਤੇ ਉਹ ਇਸ ਚੀਜ਼ ਨੂੰ ਇਸ ਤਰੀਕੇ ਨਾਲ ਲੈ ਰਹੇ ਨੇ ਜਿੱਦਾਂ ਕਿ ਘਰ ਵਿੱਚ ਨਵਾਂ ਟੀਵੀ ਆਇਆ ਹੋਵੇ ਤੇ ਉਹਦੇ ਉੱਪਰ ਪਲਾਸਟਿਕ ਦਾ ਕਵਰ ਚੜਿਆ ਹੋਵੇ ਤੇ ਜਦੋਂ ਆਪਾਂ ਪਲਾਸਟਿਕ ਦਾ ਕਵਰ ਲਾਈਏ ਤੇ ਮਾਨੂੰ ਫੀਲਿੰਗ ਆਉਂਦੀ ਹੈ ਕਿ ਟੀਵੀ ਪੁਰਾਣਾ ਹੋ ਗਿਆ ਤੇ ਉਹ ਆਹ ਫੀਲਿੰਗ ਲੈ ਕੇ ਚਾਹੁੰਦੇ ਨੇ ਕਿ ਅਸੀਂ ਟੀਆਰ ਨਾ ਪਾਈਏ ਦੋਸਤੋ ਤੁਹਾਨੂੰ ਕੁਝ ਸ਼ਰਾਰਤੀ ਸਲਾਹਕਾਰਾਂ ਵੱਲੋਂ ਵੀ ਸਲਾਹ ਮਿਲ ਰਹੀ ਹੋਵੇਗੀ ਕਿ ਤੁਸੀਂ ਟੀਆਰ ਨਾ ਪਾਓ ਤੁਸੀਂ ਅਗਲਾ ਸਟੂਡੈਂਟ ਵੀਜ਼ਾ ਪਾ ਦਿਓ ਕਿਉਂਕਿ ਜਦੋਂ ਤੁਹਾਨੂੰ ਸਲਾਹਕਾਰ ਲੈ ਕੇ ਦਊਗਾ ਐਡਮਿਸ਼ਨ ਸੀਓਈ ਉਹਨੂੰ ਜਾਊਗਾ ਕਮਿਸ਼ਨ ਤੇ ਜੇ ਉਹ ਪਾਊਗਾ ਤੁਹਾਡੀ ਟੀਆਰ ਤੇ ਉਹਨੂੰ ਤੇ ਸਿਰਫ ਫੀਸ ਮਿਲਣੀ ਹੈ 4-500 ਡਾਲਰ ਸੋ ਦੋਸਤੋ ਇੱਥੇ ਤੁਸੀਂ ਸਮਝ ਨਾ ਵਾ ਕਿ ਤੁਸੀਂ ਠੱਗੇ ਤੇ ਨਹੀਂ ਜਾ ਰਹੇ ਤੁਹਾਨੂੰ ਕੋਈ ਇਸਤੇਮਾਲ ਤੇ ਨਹੀਂ ਕਰ ਰਿਹਾ ਤੁਹਾਨੂੰ ਕੋਈ ਰਾਹ ਤੋਂ ਪਟਕਾ ਤੇ ਨਹੀਂ ਰਿਹਾ ਇਹ ਹੀ ਗੱਲ ਜਿਹੜੀ ਹੈ ਤੁਹਾਡੀ ਸਮਝ ਵਿੱਚ ਅਸੀਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੋਸਤੋ ਪਹਿਲਾਂ ਇਹ ਧਿਆਨ ਰੱਖਿਓ ਕਿ ਆਪਾਂ ਸਟੂਡੈਂਟ ਵੀਜ਼ੇ ਤੇ ਆਪਾਂ ਮੰਨ ਲਓ ਟੀਆਰ ਨਹੀਂ ਪਾਈ ਆਪਾਂ ਅਗਲਾ ਸਟੂਡੈਂਟ ਵੀਜ਼ਾ ਪਾ ਦਿੱਤਾ ਤੇ ਜੇ ਆਪਣਾ ਅਗਲਾ ਸਟੂਡੈਂਟ ਵੀਜ਼ਾ ਹੋ ਗਿਆ ਰਿਫਿਊਜ਼ ਫਿਰ ਆਪਾਂ ਟੀਆਰ ਨਹੀਂ ਪਾ ਸਕਦੇ ਫਿਰ ਆਪਾਂ ਅਪੀਲ ਪ੍ਰੋਸੈਸ ਮਤਲਬ ਏਟੀ ਵਿੱਚ ਸਾਲ 2 3 ਸਾਲ ਰੁੱਲਦੇ ਰਵਾਂਗੇ ਸੋ ਦੋਸਤੋ ਸਾਡੀ ਸਲਾਹ ਤੁਹਾਨੂੰ ਇਹ ਹੈ ਕਿ ਡਿਪੈਂਡਸ ਕਿ ਤੁਹਾਡਾ ਕੋਰਸ ਕਿਹੜਾ ਹੈ ਸਲਾਹਕਾਰ ਨੂੰ ਜਾ ਕੇ ਮਿਲੋ ਉਹਦੇ ਨਾਲ ਲੌਜੀਕਲੀ ਗੱਲ ਕਰੋ ਕਿ ਭਾਈ ਜੇ ਮੈਂ ਟੀਆਰ ਹੋ ਨਾ ਪਾਈ ਤੇ ਜੇ ਮੇਰਾ ਸਟੂਡੈਂਟ ਵੀਜ਼ਾ ਰਿਫਿਊਜ਼ ਹੋ ਗਿਆ ਤੇ ਇਹਦੀ ਜ਼ਿੰਮੇਦਾਰੀ ਕੌਣ ਲਊਗਾ ਤੁਸੀਂ ਅਸੀਂ ਕਿ ਸਰਕਾਰ ਸੋ ਦੋਸਤੋ ਇੱਥੇ ਗੱਲ ਸਮਝਣ ਵਾਲੀ ਹੈ ਕਿ ਜਦੋਂ ਤੁਸੀਂ ਟੀਆਰ ਪਾਉਂਦੇ ਹੋ ਤੁਸੀਂ ਉੱਤੇ ਫੁੱਲ ਟਾਈਮ ਕੰਮ ਕਰ ਸਕਦੇ ਹੋ ਆਪਣਾ ਐਕਸਪੀਰੀਅੰਸ ਲੈ ਸਕਦੇ ਹੋ ਤੇ ਇਹਦੇ ਨਾਲ ਨਾਲ ਸਕਿੱਲ ਅਸੈਸਮੈਂਟ ਕਰਾ ਕੇ ਪੀਆਰ ਵੀ ਪਾ ਸਕਦੇ ਹੋ ਪਰ ਜੇ ਤੁਸੀਂ ਅਗਲਾ ਸਟੂਡੈਂਟ ਵੀਜ਼ਾ ਪਾਉਂਦੇ ਹੋ ਤੇ ਤੁਸੀਂ ਬਹੁਤ ਵੱਡੇ ਰਿਸਕ ਵਿੱਚ ਜਾ ਸਕਦੇ ਹੋ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਆਪਣੇ ਮਨ ਚੋਂ ਇਹ ਗੱਲ ਕੱਢ ਦਿਵੋ ਕਿ ਟੀਆ ਰਿਕਵਰੀ ਮਿਲਣੀ ਹੈ ਤੇ ਟੀਆਰ ਤੋਂ ਬਾਅਦ ਆਪਾਂ ਸਟੂਡ ਵੀਜ਼ਾ ਨਹੀਂ ਪਾ ਸਕਦੇ ਅਸੀਂ ਤੁਹਾਨੂੰ ਇੱਥੇ ਕਵਾਂਗੇ ਜੇ ਤੁਹਾਡਾ ਸਲਾਹਕਾਰ ਸਿਆਣਾ ਉਹ ਕੋਲ ایکسپੀਰੀਅנס ਹੈ ਤੁਹਾਡਾ ਭਲਾ ਮੰਗਦਾ ਹੈ ਤੇ ਜਦੋਂ ਤੁਸੀਂ ਸਟੂਡ ਵੀਜ਼ੇ ਤੋਂ ਬਾਅਦ ਟੀਆਰ ਪਾਵੋਗੇ ਉਹ ਟੀਆ ਨੂੰ ਇਦਾਂ ਖਿੱਚੇਗਾ ਇਦਾਂ ਖਿੱਚੇਗਾ ਇਦਾਂ ਖਿੱਚੇਗਾ ਕਿ ਟੀਆ ਜਿੱਥੇ 18 ਮਹੀਨੇ ਦੀ ਆਉਣੀ ਹੈ ਹੋ ਸਕਦਾ ਕਿ ਉਹ ਜਿਹੜੀ ਹੈ ਤੁਹਾਨੂੰ ਬ੍ਰੀਜਿੰਗ ਵੀਜ਼ਾ ਪਾ ਕੇ 2 ਸਾਲ 2.5 ਸਾਲ ਦੀ ਮਿਲ ਸਕੇ ਸੋ ਦੋਸਤੋ ਕਾਨੂੰਨ ਵਿੱਚ ਬਹੁਤ ਕੁੰਡੀਆਂ ਹੁੰਦੀਆਂ ਅਸੀਂ ਹਰ ਵਾਰੀ ਕਹਿੰਨੇ ਆ ਐਕਸਪੀਰੀਅੰਸ ਮੇਕਸ ਦਾ ਮੈਨ ਪਰਫੈਕਟ ਤੇ ਬਾਜਾ ਮਾਈਗ੍ਰੇਸ਼ਨ ਕੋਲ ਹੈਗਾ ਪਿਛਲੇ 18 ਸਾਲ ਦਾ ਐਕਸਪੀਰੀਅੰਸ ਤੁਹਾਡੇ ਨਾਲ ਇੱਕ ਵਾਦਾ ਕਰਦੇ ਆ ਨੌਲੇਜ ਵੀ ਸਾਨੂੰ ਹੈਗੀ ਹੈ ਤੇ ਅਸੀਂ ਤੁਹਾਨੂੰ ਜਿਹੜਾ ਪੰਬੜ ਪੂਸੇ 'ਚ ਨਹੀਂ ਪਾਵਾਂਗੇ ਪਰ ਮਾਈਗ੍ਰੇਸ਼ਨ ਲਾ ਜਿਹੜਾ ਹੈ ਉਹ ਇੰਨਾ ਸੌਖਾ ਨਹੀਂ ਹੈਗਾ ਅਸੀਂ ਜਿੰਨਾ ਮਰਜੀ ਮਿੱਠਾ ਬੋਲੀਏ ਜਿੰਨਾ ਮਰਜੀ ਤੁਹਾਨੂੰ ਹੌਸਲਾ ਦਈਏ ਸਰਕਾਰ ਜਿਹੜੀ ਐ ਆਸਟ੍ਰੇਲੀਅਨ ਗਵਰਨਮੈਂਟ ਜਿਹੜੀ ਐ ਸ਼ਰਾਰਤੀ ਐ ਉਹਨਾਂ ਨੇ ਜਿਹੜੇ 100 ਬੰਦੇ ਇਸ ਕੰਟਰੀ 'ਚ ਸੱਦੇ ਐ ਤੇ ਪੀਆਰ ਕਿ ਇਹਨਾਂ ਨੂੰ ਮਿਲਣੀ ਐ ਮੇਬੀ 30 ਜਾਂ 35 ਨੂੰ ਬਾਕੀ ਵਿਚਾਰੇ ਜਿਹੜੇ ਐ ਉਹ ਗੇੜੇ ਹੀ ਕੱਢਦੇ ਰਹਿਣਗੇ ਅਲੱਗ-ਅਲੱਗ ਵਕੀਲਾਂ ਕੋਲ ਅਲੱਗ-ਅਲੱਗ ਕੋਰਸਾਂ ਵਿੱਚ ਜਾਂ ਕੋਈ ਏਡੀ ਜਾਏਗਾ ਜਾਂ ਕੋਈ ਅਮਰੀਕਾ ਚਲਾ ਜਾਏਗਾ ਜਾਂ ਕੋਈ ਕੈਨੇਡਾ ਚਲਾ ਜਾਏਗਾ ਯਾਕੇ ਦੇ ਘਰ ਚ ਕਲੇਸ਼ ਪੈ ਜਾਏਗਾ ਜਾਂ ਕੋਈ ਟਰੱਕ ਚਲਾੰਦਾ ਚਲਾੰਦਾ ਐਕਸੀਡੈਂਟ ਕਰ ਦੇਗਾ ਤੋ ਤਾਂ ਪੁਲਿਸ ਪ੍ਰੋਬਲਮ ਆ ਜਾਏਗੀ ਸੋ ਅਲੱਗ ਅਲੱਗ ਰਾਵਾਂ ਚ ਲੋਕੀ ਜਿਹੜੇ ਫਸਦੇ ਆ ਸੋ ਦੋਸਤੋ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਸਿਆਣੀ ਗੱਲ ਸਮਝਿਆ ਕਰੋ ਉੱਤੇ ਸੋਚ ਵਿਚਾਰ ਕਰਿਆ ਕਰੋ ਕਿ ਅਗਲਾ ਬੰਦਾ ਤੁਹਾਨੂੰ ਕਿਉਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਧੰਨਵਾਦ ਸਮਝੋ ਜਰ ਬਾਜਵਾ ਫਰਮ ਬਾਜਵਾ ਮਿਸ਼ਨ